ਲੱਤਾਂ ਬੰਨੀਆਂ ਮੇਰੀ ਧੀ ਦੀਆਂ ਉਹਨੇ ਰੱਸੀ ਨਾਲ, ਤੀ ਵੱਜ ਠੁੱਸ ਕਰਕੇ ਮੇਰੀ ਧੀ ਨੂੰ ਘਰ ਖਿਲਾ ਦਿੱਤਾ। ਮੇਰੀ ਧੀ ਨਾਲ ਇੰਨੀ ਉਹਨੇ ਹੱਤਿਆ ਕੀਤੀ, ਮੇਰੀ ਧੀ ਦੇ ਅੰਦਰ ਕੱਟ ਲਾ ਦਿੱਤੇ। ਅਤੇ ਉਹ ਨਰਸ ਨੇ ਨਾ ਮਤਲਬ ਜਿਵੇਂ ਬੱਚੇਦਾਨੀ 'ਚ ਵੀ ਕੱਟ ਲਾ ਦਿੱਤਾ ਆ ਅਤੇ ਫੂਡ ਵਾਲੀ ਨਾਲੀ ਨੂੰ ਵੀ ਕੱਟ ਲਾ ਦਿੱਤਾ ਆ। ਕਹਿੰਦੇ ਸੀ ਵੀ ਇਹ 'ਚ ਤੇਰੇ 'ਤੇ ਵੀ ਕੇਸ ਹੋ ਸਕਦਾ, ਤੂੰ ਮਤਲਬ ਅਬੋਰਸ਼ਨ ਕਰਾਉਣ ਦਾ। ਸਰ ਜਦੋਂ ਠੀਕ ਹੀ ਨਹੀਂ ਹੈਗੀ ਤਾਂ ਅਸੀਂ ਅਬੋਰਸ਼ਨ ਹੀ ਕਰਾਵਾਂਗੇ। ਮੈਨੂੰ ਆਹ ਚਾਹੀਦਾ ਮੇਰੀ ਧੀ ਦਾ ਕਿ ਤਾਂ ਹਾਲਤ ਉਹਨੇ ਕੀਤੀ ਨਾ, ਜਾਂ ਹੋਰ ਧੀ ਨਾ ਹੋਵੇ। ਮੇਰਾ ਨਰਸ ਨੇ ਨਾ ਅਬੋਰਸ਼ਨ ਕੀਤਾ ਵਾ ਅਤੇ ਉਹਨੇ ਨਾ ਬੱਚੇ ਨਾਲ ਕੱਟ ਲਾ ਦਿੱਤਾ ਹੈ ਵਾ, ਫੂਡ ਵਾਲੀ ਨਾੜੀ 'ਚ, ਫੂਡ ਵਾਲੀ ਨਾੜੀ 'ਚ ਕੱਟ ਲਾ ਦਿੱਤਾ ਹੈ, ਬੱਚੇਦਾਨੀ 'ਚ ਛੇਕ ਕਰਦਾ ਹੈ। ਤੁਹਾਨੂੰ ਇਹ ਗੱਲ ਕਿਹਨੇ ਕਹੀ ਵੀ ਤੁਹਾਡੇ ਫੂਡ ਵਾਲੀ ਨਾਲੀ 'ਚ ਕੱਟ ਲੱਗ ਗਿਆ? ਮੇਰੀ ਐਡਰੈਸ ਉਹਨਾਂ 'ਚ ਆਇਆ। ਕਿਹੜੀ ਨਰਸ ਸੀ, ਕਿੱਥੇ ਰਹਿੰਦੀ ਸੀ, ਕੀ ਗੱਲ ਹੋਈ ਸਾਰਾ ਦੱਸੋਗੇ? ਇਹ ਬਟਾਲਾ ਰੋਡ ਵੱਲ ਹੈਗੀ ਆ। ਹਾਂਜੀ, ਉੱਧਰ ਘਰ 'ਚ ਹੀ ਕਰਦੀ ਆ ਟ੍ਰੀਟਮੈਂਟ। ਕੀ ਨਾਮ ਕੀ ਹੈ, ਕਲੀਨਿਕ ਹੈ, ਕੀ ਹੈ ਸਾਰਾ ਦੱਸੋਗੇ? ਕਲੀਨਿਕ ਹੈਗਾ ਵਾ, ਪਤਾ ਨਹੀਂ ਕਿੱਥੇ ਆ, ਪਰ ਉਹਨਾਂ ਘਰ 'ਚ ਖੋਲਿਆ ਆ ਇੱਕ। ਕੀ ਨਾਮ ਉਹਨਾਂ ਦਾ? ਉਹਨਾਂ ਦਾ ਨਾਮ ਜੀ ਸਰਪੰਚ ਨਹੀਂ ਕਹਿੰਦੇ ਉਹਨਾਂ ਨੂੰ। ਅੱਛਾ ਜੀ, ਕਿੱਥੇ ਕਰਕੇ ਰਹਿੰਦੇ? ਵਿਜੇਨਗਰ 'ਚ। ਵਿਜੇਨਗਰ 4 ਲੋਕਲ ਲਿਖਿਆ ਉਹਨਾਂ ਦੇ ਬੈਕ ਸਾਈਡ ਜਾਂ ਦੁਕਾਨ ਹੀ ਅੱਗੇ। ਕਦੋਂ ਦਾ ਵਾਕਿਆ ਹੈ ਤੇ ਕੀ ਜਦੋਂ ਹੋ ਗਏ? ਥੋੜ੍ਹੇ ਦਿਨ ਹੋਏ। ਕਿੰਨੀ ਤਰੀਕ ਦਾ ਹੈਗਾ ਵਾਕਿਆ ਜਿਹੜਾ ਤੁਹਾਨੂੰ ਕੱਟ ਲੱਗਿਆ ਹੈਗਾ, ਤੁਸੀਂ ਆਪਰੇਸ਼ਨ ਕਰਾਉਣ ਗਏ? 18 ਦਾ। 18 ਦਾ ਇਸ ਪੁਲਿਸ ਨੂੰ ਕੰਪਲੇਂਟ ਕੀਤੀ ਇਸ ਬਾਰੇ? ਹਾਂਜੀ ਅੱਜ। ਹੁਣ ਕੀ ਕਾਰਵਾਈ ਦੀ ਮੰਗ ਜਾਂਦੇ ਤੁਸੀਂ? ਕਾਰਵਾਈ ਹੈ ਕਿ ਮੈਨੂੰ ਇਨਸਾਫ ਮਿਲੇ ਮੇਰੇ ਬਸ। ਤੇ ਤੁਸੀਂ ਜਦੋਂ ਕੱਟ ਲੱਗਿਆ ਤੁਹਾਡੇ, ਤੁਸੀਂ ਕਿੱਥੇ ਇਲਾਜ ਕਰਾਉਣ ਲਈ ਗਏ, ਕਿੱਥੇ ਪਹੁੰਚੇ? ਸਿਵਲ 'ਚ ਗਏ ਸੀ, ਉਹਨਾਂ ਨੇ ਰੈਫਰ ਕੀਤਾ ਸੀ ਮੈਨੂੰ ਗੁਰੂ ਨਾਨਕ 'ਚ, ਅਤੇ ਗੁਰੂ ਨਾਨਕ ਵਾਲਿਆਂ ਨੇ ਹੱਥ ਨਹੀਂ ਪਾਇਆ ਮੈਨੂੰ। ਉਸ ਤੋਂ ਬਾਅਦ ਕਿੱਧਰ ਗਏ ਫਿਰ? ਉਸ ਤੋਂ ਬਾਅਦ ਬਟਾਲੇ ਸਿਵਲ 'ਚ ਲੈ ਕੇ ਗਏ, ਸਿਵਲ ਵਾਲਿਆਂ ਨੇ ਰੈਫਰ ਕਰਤਾ ਬੀਬੀ ਨਾਨਕੀ। ਬੀਬੀ ਨਾਨਕੀ? ਹਾਂਜੀ। ਉੱਥੇ ਤੁਹਾਡਾ ਟ੍ਰੀਟਮੈਂਟ ਹੋਇਆ? ਹਾਂਜੀ, ਟ੍ਰੀਟਮੈਂਟ ਹੋਇਆ, ਬਹੁਤ ਵਧੀਆ ਆ। ਤੁਹਾਨੂੰ ਬੀਬੀ ਨਾਨਕੀ ਤੋਂ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਕੱਟ ਲੱਗਿਆ ਹੈ? ਹਾਂਜੀ ਹਾਂਜੀ। ਤੁਸੀਂ ਉਸ ਤੋਂ ਬਾਅਦ ਕੰਪਲੇਂਟ ਵੀ ਥਾਣੇ? ਹਾਂਜੀ। ਜਿਹਦੇ ਕੋਲ ਤੁਸੀਂ ਆਪਣਾ ਵਿਜੇਨਗਰ, ਉਸ ਤੋਂ ਬਾਅਦ ਉਹਨੇ ਤੁਸੀਂ ਕਿਹਾ ਕਿ ਤੂੰ ਇਸ ਤਰ੍ਹਾਂ ਗਲਤ ਕੀਤਾ? ਹਾਂਜੀ, ਇਹੀ ਫੋਨ ਕੀਤਾ, ਉਹਨਾਂ ਨੇ ਫੋਨ ਨਹੀਂ ਚੁੱਕਿਆ। ਕੀ ਕਹਿੰਦੇ? ਕੋਈ ਗੱਲ ਤੁਹਾਡੀ ਗੱਲ ਨਹੀਂ ਉਸ ਤੋਂ ਬਾਅਦ? ਨਹੀਂ, ਕੋਈ ਗੱਲ ਨਹੀਂ। ਅਤੇ ਸਰ ਮਤਲਬ ਇਹਨਾਂ ਦਾ ਨਾ ਥੋੜ੍ਹੇ ਟਾਈਮ ਸੀ, ਪ੍ਰੈਗਨੈਂਸੀ ਸੀ ਅਤੇ ਬਲੀਡਿੰਗ ਹੁੰਦੀ ਸੀ। ਤੁਸੀਂ ਕੌਣ ਲੱਗਦੇ ਜੀ ਭਾਈ ਇਹਨਾਂ ਦੇ? ਮੈਂ ਇਹਨਾਂ ਦਾ ਹਸਬੈਂਡ ਆ। ਅੱਛਾ ਜੀ। ਅਤੇ ਥੋੜ੍ਹੀ ਥੋੜ੍ਹੀ ਬਲੀਡਿੰਗ ਹੁੰਦੀ ਸੀ ਅਤੇ ਅਸੀਂ ਨਾ ਮਤਲਬ ਅਬੋਰਸ਼ਨ ਕਰਾਇਆ ਇਹਨਾਂ ਦਾ, ਅਤੇ ਉਹ ਨਰਸ ਨੇ ਨਾ ਮਤਲਬ ਜਿਵੇਂ ਬੱਚੇਦਾਨੀ 'ਚ ਵੀ ਕੱਟ ਲਾ ਦਿੱਤਾ ਆ ਅਤੇ ਫੂਡ ਵਾਲੀ ਨਾਲੀ ਨੂੰ ਵੀ ਕੱਟ ਲਾ ਦਿੱਤਾ ਆ, ਅਤੇ ਮਤਲਬ 2 ਕੁ ਦਿਨ ਸਹੀ ਰਹੇ ਆ ਅਤੇ ਕੁਛ ਪਚਦਾ ਨਹੀਂ, ਖਾਂਦੇ ਪੀਂਦੇ ਸੀ, ਕੁਛ ਨਹੀਂ ਪਚਦਾ। ਫਿਰ ਅਸੀਂ ਲੈ ਕੇ ਗਏ ਇਹਨਾਂ ਨੂੰ ਬੀਬੇ ਨਾਲ ਉੱਥੇ ਸਿਵਲ ਦੇ ਵਿੱਚ, ਸਿਵਲ ਵਾਲਿਆਂ ਨੇ ਮਤਲਬ ਟ੍ਰੀਟਮੈਂਟ ਕੀਤਾ, ਆਪਣੀ ਅਲਟਰਾਸਾਊਂਡ ਕੀਤੀ, ਉਹਨਾਂ ਨੇ ਸਾਨੂੰ ਗੁਰੂ ਨਾਨਕ ਭੇਜਿਆ। ਜਦੋਂ ਗੁਰੂ ਨਾਨਕ ਦਾ ਕੇਸ ਨਹੀਂ ਸੀ ਅਤੇ ਉਹ ਹੱਥ ਨਹੀਂ ਪਾਉਂਦੇ, ਫਿਰ ਅਸੀਂ ਬਟਾਲੇ ਲੈ ਗਏ ਸਿਵਲ, ਉਹਨਾਂ ਨੇ ਟ੍ਰੀਟਮੈਂਟ ਕੀਤਾ, ਮਤਲਬ ਜਿਹੜੇ ਡਾਕਟਰ ਹੈਗੇ ਸੀ ਉੱਥੋਂ ਮੇਨ, ਉਹਨਾਂ ਨੇ ਟ੍ਰੀਟਮੈਂਟ ਕੀਤਾ, ਚੈੱਕ ਕੀਤਾ ਇਹਨਾਂ ਨੂੰ, ਫਿਰ ਉਹਨਾਂ ਨੇ ਸਾਨੂੰ ਬੀਬੇ ਨਾਨਕੀ ਭੇਜਿਆ। ਬੀਬੇ ਨਾਨਕੀ ਬਹੁਤ ਵਧੀਆ ਟ੍ਰੀਟਮੈਂਟ ਹੋਇਆ, ਵਧੀਆ ਇਹਨਾਂ ਦਾ ਪਤਾ ਸਾਨੂੰ ਬੇਬੇ ਨਾਨਕੀ ਆ ਕੇ ਲੱਗਾ ਕਿ ਮਤਲਬ ਇਹਨਾਂ ਦੇ ਕੱਟ ਲੱਗਾ ਆ। ਜਿਹਦੇ ਕੋਲ ਤੁਸੀਂ ਪਹਿਲੇ ਟ੍ਰੀਟਮੈਂਟ ਕਰਾਏ ਵਿਜੇਨਗਰ, ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ? ਸਰ ਉਹਨਾਂ ਨੂੰ ਪਹਿਲਾਂ ਫੋਨ ਕੀਤਾ ਸੀ ਅਤੇ ਫੋਨ ਚੱਕਿਆ ਉਹਨਾਂ ਨੇ, ਚੁੱਕ ਕੇ ਫੋਨ, ਅਤੇ ਮਤਲਬ ਮੰਮਾ ਨੇ ਗੱਲ ਕੀਤੀ, ਮੰਮਾ ਨੇ ਕਿਹਾ ਕਿ ਮਤਲਬ ਤੁਸੀਂ ਐਵੇਂ ਸਾਡੀ ਬੇਟੀ ਦਾ ਅਬੋਰਸ਼ਨ ਕੀਤਾ ਸੀ, ਪੂਜਾ ਨਾਮ ਆ ਉਹਨਾਂ ਦਾ, ਅਤੇ ਉਹਨਾਂ ਨੇ ਬੰਦ ਕਰਤਾ ਫੋਨ, ਗਾੜੀਓ ਸਾਡਾ ਫੋਨ ਹੀ ਕੱਟਤਾ। ਤੁਹਾਨੂੰ ਉਹਦੀ ਰਾਏ ਕਿਹਨੇ ਪਾਈ ਸੀ ਕਿ ਉਹਨਾਂ ਵੱਲੋਂ ਜਾਊਗਾ? ਕੋਈ ਮੁੰਡਾ ਸੀ, ਯਾਰ ਦੋਸਤ ਸੀ, ਉਹਨੇ ਭੇਜਿਆ ਸੀ। ਹੁਣ ਮੰਗ ਕੀ ਕਰਦੇ ਤੁਸੀਂ? ਮੰਗ ਅਸੀਂ ਇਹੀ ਕਰਦੇ ਕਿ ਇਨਸਾਫ ਹੋਵੇ, ਜੋ ਗਾਂ ਤੋਂ ਅੱਜ ਸਾਡੇ ਨਾ ਹੋਇਆ, ਗਾਂ ਤੋਂ ਕਿਸੇ ਹੋਰ ਨਾਲ ਨਾ ਹੋਵੇ। ਇਸ ਬਾਰੇ ਪੁਲਿਸ ਨੂੰ ਕੰਪਲੇਂਟ ਕਰਦੇ ਤੁਸੀਂ? ਕੀਤੀ ਹੋਈ ਹੈ ਸਰ, ਅੱਜ ਕਰਕੇ ਆਏ ਹਾਂ। ਕੋਈ ਆਸ਼ਵਾਸਨ ਦਵਾਇਆ ਤੁਹਾਨੂੰ?
ਸਰ ਪੁਲਿਸ ਨੇ ਮੁਨਸ਼ੀ ਮਤਲਬ ਕਹਿੰਦਾ ਸੀ ਕਿ ਹਾਂ ਜਿਵੇਂ ਤੁਹਾਨੂੰ ਪੈਸਾ ਧੇਲਾ ਨਹੀਂ ਮਿਲੂਗਾ, ਕਹਿੰਦੇ ਸੀ ਵੀ ਇਹ 'ਚ ਤੇਰੇ 'ਤੇ ਵੀ ਕੇਸ ਹੋ ਸਕਦਾ ਤੂੰ ਮਤਲਬ ਅਬੋਰਸ਼ਨ ਕਰਾਉਣ ਦਾ। ਸਰ ਜਦੋਂ ਠੀਕ ਹੀ ਨਹੀਂ ਹੈਗੀ ਤਾਂ ਅਸੀਂ ਅਬੋਰਸ਼ਨ ਹੀ ਕਰਾਵਾਂਗੇ, ਠੀਕ ਆ ਨਾ ਸਰ? ਅਬੋਰਸ਼ਨ ਤੋਂ ਬਗੈਰ ਥੋੜ੍ਹੀ ਬੱਚਾ ਬਾਹਰ ਆ ਜਾਏਗਾ। ਬੇਟੀ ਮੇਰੀ ਦਾ ਦੇਣਾ ਹੀ ਥੋੜ੍ਹਾ ਜਿਹਾ ਟਾਈਮ, ਅਤੇ ਮੁੰਡਾ ਵੈ ਗਿਆ ਉੱਥੇ ਵਿਜੇਨਗਰ, ਵਿਜੇਨਗਰ ਕਿਤੋਂ ਖੜੀ ਸਫਾਈ ਕਰਾ ਕੇ ਲਿਆਇਆ ਕੁੜੀ ਹੋਸ ਖੋਸ, ਮੈਂ ਇਹਨੂੰ ਇਹੋ ਕਹੀ ਜਾਂਦੀ ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਬਚਾ। ਕੁੜੀ ਨੂੰ ਦੋ ਦਿਨ ਇਹਨੇ ਖਾਧਾ ਪੀਤਾ, ਤੀਜੇ ਦਿਨ ਇਹਦੇ ਪੇਟ ਫੁੱਲਣੇ ਚਾਲੂ ਹੋ ਗਏ, ਅਤੇ ਅੰਦਰ ਪਤਾ ਨਹੀਂ ਟੱਕ ਲੱਗੇ ਕੀ ਹੋਇਆ ਬੱਚੇਦਾਨੀ ਦੇ, ਬੜੇ ਧੱਕੇ ਪੋਤੇ ਸੀ ਹਸਪਤਾਲਾਂ ਵਿੱਚ, ਬੜੇ ਧੱਕੇ ਮੈਂ ਖਾਧੇ, ਚੁੱਕ ਕੇ ਹੱਥਾਂ 'ਤੇ ਲਈ ਫਿਰਦੇ ਰਹੇ, ਨਹੀਂ ਸਾਡੀ ਕਿਸੇ ਨੇ ਸੁਣਾਈ ਕੀਤੀ, ਕਹਿੰਦੇ ਖਤਰਾ ਖਤਰਾ, ਨਹੀਂ ਕਿਸੇ ਨੇ ਸੁਣਾਈ ਕੀਤੀ। ਫਿਰ ਇਹਨੇ ਆਪਣੇ ਪਿੰਡ ਲੈ ਗਿਆ, ਉੱਥੇ ਡਾਕਟਰ ਕੋਲ ਇਹਨੇ ਹੱਥ ਪਵਾਇਆ ਘਰ ਵਿੱਚ, ਉਹਨੇ ਗਲੂਕੋਜ਼ ਚੜ੍ਹਾਇਆ, ਕੁੜੀ ਸੁੱਤੀ ਰਹੀ ਦਿਨੇ, ਫਿਰ ਕੁੜੀ ਦਾ ਪੇਟ ਫੁੱਲ ਗਿਆ। ਕੁੜੀ ਉੱਚੀ ਉੱਚੀ ਮੈਨੂੰ ਕਹੀ ਗਈ ਮੰਮੀ ਮੇਰਾ ਢਿੱਡ ਫੁੱਲ ਗਿਆ, ਮੇਰੇ ਢਿੱਡ ਵਿੱਚ ਕਾਚੂ ਮਾਰ, ਮੇਰੇ ਆਹ ਮਾਰ। ਉੱਥੋਂ ਮੈਂ ਇੱਦਾਂ ਸੜੀ ਖਬੀਲ ਆ ਗਈ ਹਸਪਤਾਲ ਬਟਾਲੇ, ਉਹਨਾਂ ਨੇ ਵੇਖੀ ਇਹਦੀ ਹਾਲਤ, ਮੈਨੂੰ ਵੇਖਿਆ ਰੋਂਦੀ ਨੂੰ, ਆਉਂਦੇ ਕੋਈ ਨਹੀਂ ਤੇਰੀ ਧੀ ਦਾ ਇਲਾਜ ਉੱਥੇ ਬੇਬੇ ਨਾਨਕੀ ਹੋ ਜੂਗਾ, ਉੱਥੋਂ ਚੁੱਕੀ ਅਤੇ ਇੱਥੇ ਲੈ ਆਉਂਦੀ ਬੇਬੇ ਨਾਨਕੀ। ਪੰਜ ਛੇ ਦਿਨ ਇੱਦਾਂ ਧੱਕੇ ਖਾਧੇ ਮੈਂ, ਮੇਰੀ ਧੀ ਨਾਲ ਇੰਨੀ ਉਹਨੇ ਹੱਤਿਆ ਕੀਤੀ, ਮੇਰੀ ਧੀ ਦੇ ਅੰਦਰ ਕੱਟ ਲਾ ਦਿੱਤੇ, ਥਾਣੇ ਗਏ ਥਾਣੇ ਵਾਲੇ ਨੇ, ਸਾਨੂੰ ਕਹਿੰਦੇ ਤੁਸੀਂ ਕੀ ਚਾਹੁੰਦੇ ਪੈਸੇ ਚਾਹੁੰਦੇ, ਨਹੀਂ ਮੈਂ ਪੈਸੇ ਨਹੀਂ ਚਾਹੁੰਦੀ, ਮੈਨੂੰ ਆਹ ਚਾਹੀਦਾ, ਮੇਰੀ ਧੀ ਦਾ ਕਿੱਦਾਂ ਹਾਲਤ ਉਹਨੇ ਕੀਤੀ ਨਾ, ਜਾਂ ਹੋਰ ਧੀ ਨਾ ਨਾ ਹੋਵੇ, ਅਤੇ ਇਹਦੀ ਹੋਰ ਧੀ ਨਾ ਅੰਦਰ ਅੰਦਰ ਮਾਰ ਦੇਵੇ ਉਹ ਮੇਰੀ ਧੀ ਦਾ ਨਿੱਕੇ ਨਿੱਕੇ ਬੱਚੇ 4 ਸਾਲ ਦੇ, ਘਰੋਂ ਘਰੀ ਲੋਕਾਂ ਦੇ ਮੈਂ ਸੁੱਟ ਕੇ ਧੀ ਲੈ ਕੇ ਤੁਰੇ ਫਿਰਦਾ, ਸਾਡੀ ਬਾਤ ਨਹੀਂ ਪੁੱਛਦਾ, ਪੈਸਾ ਮੰਗ ਲੈ ਕੋਈ ਮੇਰਾ ਸਾਰਾ ਨਹੀਂ, ਮੇਰੀ ਮੇਰੀ ਧੀ ਸਾਰਾ, ਬਸ ਫੋਨ ਕੰਨ ਨਾ ਉਹਨੇ ਲਾ ਕੇ ਘਰ ਵਾਲੇ ਨੂੰ ਕਹਿੰਦੀ ਸੀ ਵੀ ਕਿੱਥੇ ਆਵਾਂ ਆਉਂਦੇ ਆ, ਮੈਂ ਫਲਾਨੇ ਜਗ੍ਹਾ, ਮੈਂ ਢਿਮਕੜੀ ਜਗ੍ਹਾ, ਕੁੜੀ ਦੀ ਸਫਾਈ ਕਰਦੀ ਗਈ, ਉਹ ਬਸ ਫੋਨ ਨੇ ਮੇਰੀ ਧੀ ਦੀ ਵੱਢ ਟੁੱਕ ਕਰ ਦਿੱਤੀ ਅੰਦਰੋਂ, ਮੁੰਡਾ ਬਾਹਰ ਆਉਂਦਾ ਮੈਂ ਡਾਡਾ ਸੁਣਦਾ, ਮੈਂ ਵੀ ਰੋਂਦਾ, ਲੱਤਾਂ ਬੰਨੀਆਂ ਮੇਰੀ ਧੀ ਦੀਆਂ, ਉਹਨੇ ਰੱਸੀ ਨਾਲ ਸਫਾਈ ਕੀਤੀ ਆ, ਤਾਂ ਵੀ ਨਹੀਂ ਉਹਨੇ ਚੱਜ ਨਾ ਕੀਤੀ, ਵੱਢ ਟੁੱਕ ਕਰਕੇ ਮੇਰੀ ਧੀ ਨੂੰ ਘਰ ਖਿਲਾ ਦਿੱਤਾ। ਬੇਬੇ ਨਾਨਕੀ ਵਾਲਿਆਂ ਮੇਰੀ ਬੜੀ ਹੈਲਪ ਕੀਤੀ, ਉਹਨਾਂ ਮੇਰੀ ਦਵਾਈ ਵੀ ਕਰਾਈ, ਟੀਕੇ ਵੀ ਲਵਾਏ, ਮੇਰੀ ਧੀ ਨੂੰ ਇੱਥੋਂ ਤੱਕ ਪਹੁੰਚਾਇਆ ਖਤਰਿਆਂ, ਕਿਆ ਦੂਰ ਵਾ ਪਰ ਮੈਨੂੰ ਹਾਲੇ ਖਤਰਾ ਦੇਖਦਾ, ਮੇਰੀ ਧੀ ਨੂੰ ਕਿੰਨਾ ਚਿਰ ਤੁਰਦੀ ਫਿਰਦੀ, ਬੱਚੇ ਮੈਂ ਲੋਕਾਂ ਦੇ ਘਰ ਛੱਡ ਛੱਡ ਬੱਚੇ ਆਪਣੀ ਧੀ ਨੂੰ ਲੈ ਕੇ ਫਿਰਦੀ ਰਹੀ, ਬੱਚਿਆਂ ਦੀ ਕੇਅਰ ਨਹੀਂ ਮੈਂ ਕੀਤੀ, ਪਰ ਅੱਜ ਮੇਰੀ ਧੀ ਨਾ ਹੋਇਆ ਕੱਲ੍ਹ ਕੇ ਹੋਰ ਧੀ ਨਾ ਵੀ ਕੋਈ ਕਰੂਗਾ, ਪਰ ਆਹ ਬੰਦ ਗਵਰਨਮੈਂਟ ਨੂੰ ਕਰਾਉਣਾ ਚਾਹੀਦਾ ਜਿਹੜੇ ਘਰਾਂ ਵਿੱਚ ਸਫਾਈਆਂ ਕਰਦੀਆਂ। ਚਲੋ ਅਸੀਂ ਅਨਪੜ੍ਹ ਵਾਂ, ਅਸੀਂ ਨਹੀਂ ਕੇਅਰ ਕੀਤੀ, ਹਸਪਤਾਲ ਗਏ ਸਾਡੀ ਗਲਤੀ, ਪਰ ਉਹਦੀ ਤਾਂ ਨਹੀਂ ਗਲਤੀ ਕਿ ਨਹੀਂ ਆਇਆ, ਮੇਰੀ ਧੀ ਦੀਆਂ ਅੰਦਰਾਂ ਕੱਟ ਦਿੱਤੀਆਂ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ, ਮੈਨੂੰ ਉਹਦੇ ਬਹੁਤ ਮੇਰੇ ਧੀ ਨੂੰ ਉਹਨੇ ਦੁਖੀ ਕੀਤਾ, ਬਸ ਮੇਰਾ ਇਹੋ ਹੱਥ ਜੋੜ ਕੇ ਵੀ ਕਿਹਾ ਧੀ ਦੀ ਆ ਡੰਡ ਨਾ ਲਾ ਦੇ, ਬਸ ਇੱਕੋ ਮੇਰੀ ਧੀ, ਇੱਕੋ ਮੇਰਾ ਘਰ ਵਸਿਆ ਮੇਰੇ ਧੀ ਭਾਈ ਨਾਲ, ਮੇਰਾ ਸਾਰਾ ਕੋਈ ਨਹੀਂ, ਪੁੱਤ ਨਹੀਂ ਮੇਰਾ ਕੋਈ, ਕੋਈ ਕਮਾਊ ਵਾਲਾ ਨਹੀਂ ਮੇਰਾ, ਬਸ ਕਾਰਵਾਈ ਕਰ ਦਿਓ, ਜਿਹੜਾ ਮੇਰੇ ਹੱਕ ਦੇ ਹੱਕ ਮੰਦੇ ਬੜੇ ਮੇਰੀ। ਇਹ ਪੂਜਾ ਮੋਹਕਮਪੁਰ ਏਰੀਏ ਦੇ ਰਹਿਣ ਵਾਲੇ ਆ, ਇਹਨਾਂ ਦਾ ਕੋਈ ਡਿਲੀਵਰੀ ਦਾ ਸੀਗਾ, ਬੇਬੀ ਹੋਣ ਵਾਲਾ ਸੀ, ਇਹਨਾਂ ਨੇ ਕੋਈ ਇੱਥੇ ਨਰਸ ਦੱਸਦੇ ਆ,
ਉਹਨਾਂ ਦਾ ਮੇਰੇ ਕੋਲ ਨਾਂ ਨਹੀਂ, ਇਹਨਾਂ ਨੂੰ ਵੀ ਨਹੀਂ ਪਤਾ ਨਾਂ ਦਾ। ਇਹਨਾਂ ਨੇ ਕੰਪਲੇਂਟ ਆਈ ਆ, ਉਹਦੇ 'ਚ ਆਪਾਂ ਵੈਰੀਫਾਈ ਕਰਾਂਗੇ ਵੀ ਕਿਹਦਾ ਕੀ ਕਸੂਰ ਆ, ਜਾਂ ਉਹਦੇ ਕੋਲ ਅਧਿਕਾਰ ਹੈਗਾ ਕੋਈ ਮਤਲਬ ਡਿਲੀਵਰੀ ਕਰਨਾ ਜਾਂ ਕਿਵੇਂ ਆ, ਉਹਨੂੰ ਵੈਰੀਫਾਈ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ। ਸਰ ਉਹ ਤੋਂ ਸਰੇਆਮ ਉਹਨਾਂ ਨੂੰ ਧਮਕੀਆਂ ਦੇ ਰਹੇ ਵੀ ਜਿੱਥੇ ਜਾਣਾ ਤੁਸੀਂ ਚਲ ਜਾਓ, ਜੋ ਮਰਜ਼ੀ ਕਰ ਲਓ ਤੁਸੀਂ। ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਨਾ, ਹੁਣ ਅਸੀਂ ਵੈਰੀਫਾਈ ਕਰਾਂਗੇ, ਜਦੋਂ ਆਵੇਗੀ ਦੋਵੇਂ ਪਾਰਟੀਆਂ ਸਾਹਮਣੇ ਬਹਿਣਗੀਆਂ ਫਿਰ ਹੀ ਵੈਰੀਫਾਈ ਹੋਊਗਾ। ਇਹ ਹੁਣ ਕਹਿ ਰਹੇ ਆ ਵੀ ਅਸੀਂ ਗਏ ਹਾਂ, ਇਹ ਉਹਨਾਂ ਤੋਂ ਪੈਸਿਆਂ ਦੀ ਜਾਂ ਕੋਈ ਜੋ ਵੀ ਸਿਸਟਮ ਹੋਊਗਾ ਕਰਦੇ ਨੇ ਖਰਚਾ ਆਇਆ। ਰਿਪੋਰਟ ਵਿੱਚ ਆਇਆ ਜੀ ਬੇਬੇ ਨਾਨਕੀ 'ਚ ਉਹਨਾਂ ਨੇ ਦਿਖਾਇਆ ਗਿਆ, ਰਿਪੋਰਟ ਵਿੱਚ ਆਇਆ ਵੀ ਬੱਚੇਦਾਨੀ 'ਚ ਜਿਹੜਾ ਕੱਟ ਲੱਗ ਗਿਆ। ਨਾ ਤਾਂ ਸ਼੍ਰੀਮਾਨ ਜੀ ਮੈਂ ਹਲੇ ਰਿਪੋਰਟ ਵੇਖੀ ਆ ਅਤੇ ਨਾ ਮੈਨੂੰ ਕਿਸੇ ਗੱਲ ਦਾ ਪਤਾ ਵਾ। ਜਦੋਂ ਆਪਾਂ ਵੈਰੀਫਾਈ ਕਰਾਂਗੇ, ਮੈਟਰ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹਾਲਾਤ ਸਾਹਮਣੇ ਆਉਣਗੇ, ਜੇ ਤਾਂ ਕੋਈ ਕਸੂਰ ਉਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ।